ਬੱਚੋ, ਅੱਜ ਮੈਂ ਤੁਹਾਨੂੰ ਇੱਕ ਹੋਰ ਨਵੀਂ ਕਹਾਣੀ ਸੁਣਾਉਂਗੀ ਜਿਹਦਾ ਨਾਂ ਹੈ ਜਾਦੂਈ ਗਾਂ। ਬਹੁਤ ਸਮਾਂ ਪਹਿਲਾਂ ਇੱਕ ਪਿੰਡ ਵਿੱਚ ਦੋ ਕਿਸਾਨ ਰਹਿੰਦੇ ਸੀ, ਸੁਰਜੀਤ ਤੇ ਮਨਜੀਤ। ਦੋਵੇਂ ਬਹੁਤ ਅਮੀਰ ਤੇ ਦੌਲਤਮੰਦ ਕਿਸਾਨ ਸੀ। ਉਹਨਾਂ ਕੋਲ ਬਹੁਤ ਵੱਡਾ ਖੇਤ ਤੇ ਬਹੁਤ ਸਾਰੀ ਗਾਵਾਂ ਸੀ। ਫਿਰ ਵੀ ਉਹ ਦੋਵੇਂ ਖੁਸ਼ ਨਹੀਂ ਰਹਿੰਦੇ ਸੀ। ਉਹ ਹੋਰ ਵੀ ਜ਼ਿਆਦਾ ਦੌਲਤਮੰਦ ਬਣਨਾ ਚਾਹੁੰਦੇ ਸੀ। ਜੇ ਸਾਡੇ ਕੋਲ ਥੋੜੇ ਹੋਰ ਪੈਸੇ ਹੁੰਦੇ ਤਾਂ ਨਜ਼ਾਰਾ ਹੀ ਆ ਜਾਂਦਾ। ਹਾਂ ਸੁਰਜੀਤ, ਗੱਲ ਤਾਂ ਤੂੰ ਜਮਾ ਸਹੀ ਕਹਿ ਰਿਹਾ। ਉਹਨਾਂ ਦੇ ਗਵਾਂਢ ਵਿੱਚ ਦਿਲਜੀਤ ਨਾਂ ਦਾ ਇੱਕ ਹੋਰ ਕਿਸਾਨ ਰਹਿੰਦਾ ਸੀ। ਦਿਲਜੀਤ ਬਹੁਤ ਗਰੀਬ ਕਿਸਾਨ ਸੀ। ਉਹਦੇ ਕੋਲ ਇੱਕੋ ਗਾਂ ਤੇ ਇੱਕ ਛੋਟਾ ਜਿਹਾ ਖੇਤ ਸੀ। ਉਹਦੇ ਬਾਵਜੂਦ ਵੀ ਉਹ ਖੁਸ਼ ਰਹਿੰਦਾ ਸੀ। ਹਰ ਰਾਤੀ ਉਹ ਸੌਣ ਤੋਂ ਪਹਿਲਾਂ ਰੱਬ ਦਾ ਧੰਨਵਾਦ ਕਰਦਾ ਸੀ। ਤੇਰਾ ਸ਼ੁਕਰ ਹੈ ਰੱਬਾ, ਤੂੰ ਅੱਜ ਮੈਨੂੰ ਢਿੱਡ ਭਰ ਕੇ ਖਾਣਾ ਦਿੱਤਾ। ਇਹ ਦਿਲਜੀਤ ਇੰਨਾ ਖੁਸ਼ ਕਿਵੇਂ ਰਹਿੰਦਾ ਹੈ, ਜਦ ਕਿ ਇਹਦੇ ਕੋਲ ਤਾਂ ਇੱਕੋ ਹੀ ਗਾਂ ਤੇ ਇੱਕ ਛੋਟਾ ਜਿਹਾ ਖੇਤ ਹੈ। ਤੂੰ ਜਮਾ ਸਹੀ ਕਹਿ ਰਿਹਾ ਮਨਜੀਤ, ਪਤਾ ਨੀ ਇਹ ਇੰਨਾ ਖੁਸ਼ ਕਿਵੇਂ ਰਹਿੰਦਾ। ਆਪਾਂ ਇੱਕ ਕੰਮ ਕਰਦੇ ਹਾਂ, ਇਹਦੀ ਗਾਂ ਖਰੀਦ ਲੈਂਦੇ ਹਾਂ, ਫਿਰ ਵੇਖਦੇ ਹਾਂ ਇੰਨਾ ਖੁਸ਼ ਕਿਵੇਂ ਰਹਿੰਦਾ। ਸਭ ਕੁਝ ਵਧੀਆ ਚੱਲ ਰਿਹਾ ਸੀ, ਪਰ ਦਿਲਜੀਤ ਨੂੰ ਇੰਨਾ ਖੁਸ਼ ਵੇਖ ਸੁਰਜੀਤ ਤੇ ਮਨਜੀਤ ਬਹੁਤ ਸੜਦੇ ਸੀ। ਉਹ ਆਪਸ ਵਿੱਚ ਇਹੀ ਗੱਲ ਕਰਦੇ ਰਹਿੰਦੇ ਸੀ। ਇਹ ਸੋਚ ਕੇ ਸੁਰਜੀਤ ਤੇ ਮਨਜੀਤ ਦਿਲਜੀਤ ਦੀ ਗਾਂ ਖਰੀਦਣ ਉਹਦੇ ਘਰ ਆਏ। ਹੋਰ ਵੀ ਕਿੱਦਾਂ ਦਿਲਜੀਤ, ਅਸੀਂ ਤੇਰੀ ਗਾਂ ਖਰੀਦਣ ਆਏ ਆ, ਆ ਚੱਕ ਜਾਂਦੀ ਤੇ 20 ਸਿੱਕੇ। ਤੇਰੀ ਇਸ ਗਾਂ ਵਾਸਤੇ ਤੈਨੂੰ ਇੰਨੇ ਪੈਸੇ ਕਿਤੋਂ ਵੀ ਨਹੀਂ ਮਿਲਣਗੇ। ਲੇਕਿਨ ਦਿਲਜੀਤ ਆਪਣੀ ਗਾਂ ਨਹੀਂ ਵੇਚਣਾ ਚਾਹੁੰਦਾ ਸੀ, ਇਸ ਲਈ ਉਹਨੇ ਸੁਰਜੀਤ ਤੇ ਮਨਜੀਤ ਨੂੰ ਸਾਫ਼ ਸਾਫ਼ ਕਹਿ ਦਿੱਤਾ, ਮੈਂ ਤੁਹਾਨੂੰ ਆਪਣੀ ਗਾਂ ਨਹੀਂ ਵੇਚ ਸਕਦਾ, ਤੁਸੀਂ ਇੱਥੋਂ ਦੀ ਚਲੇ ਜਾਓ। ਦਿਲਜੀਤ ਦੀ ਗੱਲ ਸੁਣ ਸੁਰਜੀਤ ਤੇ ਮਨਜੀਤ ਗੁੱਸੇ 'ਚ ਲਾਲ ਹੋ ਗਏ ਤੇ ਉਹਨਾਂ ਨੇ ਆਪਣੀ ਬੇਇੱਜ਼ਤੀ ਦਾ ਬਦਲਾ ਲੈਣ ਦਾ ਮਨ ਬਣਾ ਲਿਆ। ਉਹਦੀ ਇੰਨੀ ਹਿੰਮਤ, ਉਹ ਹਲੇ ਸਾਨੂੰ ਜਾਣਦਾ ਨਹੀਂ, ਉਹਨੂੰ ਪਤਾ ਨਹੀਂ ਅਸੀਂ ਕੀ ਕਰ ਸਕਦੇ ਹਾਂ। ਤੂੰ ਜਮਾ ਸਹੀ ਕਹਿ ਰਿਹਾ ਸੁਰਜੀਤ, ਸਾਨੂੰ ਇਹ ਦਿਲਜੀਤ ਦਾ ਕੁਛ ਕਰਨਾ ਹੀ ਪੈਣਾ। ਤੇ ਉਹਨਾਂ ਦੋਨਾਂ ਨੇ ਇੱਕ ਯੋਜਨਾ ਬਣਾਈ। ਦਿਲਜੀਤ ਨੂੰ ਆਪਣੀ ਗਾਂ ਤੇ ਬਹੁਤ ਮਾਣ ਹੈ ਨਾ, ਆਪਾਂ ਉਹਨੂੰ ਦੀ ਗਾਂ ਵੇਚਣ ਤੇ ਮਜਬੂਰ ਕਰ ਦਿੰਨੇ ਆ, ਫੇਰ ਉਹਨੂੰ ਪਤਾ ਲੱਗੂ। ਲੇਕਿਨ ਇਹ ਸਭ ਹੋਊ ਕਿਵੇਂ? ਅੱਜ ਰਾਤੀ ਹਨੇਰਾ ਹੁੰਦਿਆਂ ਹੀ ਅਸੀਂ ਉਹਦੀ ਫਸਲ ਨੂੰ ਅੱਗ ਲਾ ਦਿੰਨੇ ਆ। ਜਦ ਉਹਦੇ ਕੋਲ ਗਾਂ ਨੂੰ ਖਾਣ ਲਈ ਕੁਝ ਹੋਵੇਗਾ ਹੀ ਨਹੀਂ, ਤਾਂ ਮਜਬੂਰਨ ਉਹਨੂੰ ਆਪਣੀ ਗਾਂ ਵੇਚਣੀ ਪਊ। ਯੋਜਨਾ ਦੇ ਅਨੁਸਾਰ ਹਨੇਰਾ ਹੁੰਦੇ ਹੀ ਉਹਨਾਂ ਨੇ ਦਿਲਜੀਤ ਦੀ ਫਸਲਾਂ ਨੂੰ ਅੱਗ ਲਾ ਦਿੱਤੀ। ਤੜਕੇ ਜਦ ਦਿਲਜੀਤ ਨੇ ਮੱਚੀ ਹੋਈ ਫਸਲ ਵੇਖੀ ਤਾਂ ਉਹ ਬਹੁਤ ਦੁਖੀ ਹੋਇਆ ਤੇ ਉਹਦੀਆਂ ਅੱਖਾਂ ਪਰ ਆਈਆਂ। ਮੇਰੀ ਸਾਰੀ ਫਸਲ ਬਰਬਾਦ ਹੋ ਗਈ, ਹੁਣ ਮੈਂ ਕੀ ਕਰੂੰਗਾ? ਇੰਨੇ ਵੱਡੇ ਨੁਕਸਾਨ ਨੂੰ ਦੇਖ ਦਿਲਜੀਤ ਦਾ ਦਿਲ ਹੀ ਟੁੱਟ ਗਿਆ। ਇੱਕ ਹਫ਼ਤਾ ਬੀਤਣ ਤੋਂ ਬਾਅਦ ਵੀ ਉਹ ਸਮੱਸਿਆ ਦਾ ਕੋਈ ਹੱਲ ਨਹੀਂ ਕੱਢ ਸਕਿਆ ਤੇ ਨਾਲੇ ਉਹਦੀ ਗਾਂ ਵੀ ਭੁੱਖੀ ਸੀ। ਉਹਨੂੰ ਖਵਾਉਣ ਲਈ ਉਹਦੇ ਕੋਲ ਕੁਝ ਨਹੀਂ ਬਚਿਆ ਸੀ। ਇਹ ਵੇਖ ਉਹ ਸੋਚਣ ਲੱਗਾ, ਜੇ ਮੈਂ ਆਪਣੀ ਗਾਂ ਨੂੰ ਕੁਝ ਖਿਲਾ ਨਾ ਸਕਿਆ ਤਾਂ ਇਹਨੇ ਮਰ ਜਾਣਾ, ਇਸ ਤੋਂ ਵਧੀਆ ਤਾਂ ਮੈਂ ਇਹਨੂੰ ਵੇਚ ਹੀ ਦਵਾਂ। ਅਗਲੀ ਸਵੇਰ ਹੀ ਦਿਲਜੀਤ ਗਾਂ ਤੇ ਕੁਝ ਬਚੇ ਹੋਏ ਚਾਂਦੀ ਦੇ ਸਿੱਕੇ ਲੈ ਕੇ ਬਾਜ਼ਾਰ ਕੰਨੀ ਤੁਰ ਪਿਆ। ਰਾਹ ਵਿੱਚ ਉਹ ਸੋਚਣ ਲੱਗਾ, ਰੱਬ ਨਾ ਕਰੇ ਜੇ ਚੋਰਾਂ ਨੇ ਮੇਰੇ ਉੱਤੇ ਹਮਲਾ ਕਰਤਾ ਤਾਂ ਮੈਂ ਆਪਣਾ ਸਭ ਕੁਝ ਖੋ ਦੂੰਗਾ। ਇਹ ਸੋਚ ਕੇ ਉਹਨੇ ਗਾਂ ਦੇ ਗਲੇ ਦੀ ਥੈਲੀ ਵਿੱਚ ਆਪਣੇ ਬਚੇ ਹੋਏ ਚਾਂਦੀ ਦੇ ਸਿੱਕੇ ਲਕੋਤੇ। ਬਹੁਤ ਦੇਰ ਤੁਰਨ ਤੋਂ ਬਾਅਦ ਉਹ ਥੱਕ ਗਿਆ ਤੇ ਕੁਝ ਦੇਰ ਆਰਾਮ ਕਰਨ ਲਈ ਉਹਨੇ ਢਾਬੇ ਤੇ ਰੁਕਣ ਦਾ ਫੈਸਲਾ ਕੀਤਾ। ਉਹ ਢਾਬੇ ਦੇ ਬਾਹਰ ਗਾਂ ਨੂੰ ਬੰਨ ਕੇ ਢਾਬੇ ਦੇ ਅੰਦਰ ਚਲਾ ਗਿਆ। ਉਦੋਂ ਇੱਕ ਚਾਂਦੀ ਦਾ ਸਿੱਕਾ ਗਾਂ ਦੇ ਗਲ ਦੀ ਥੈਲੀ ਚੋਂ ਨਿਕਲ ਕੇ ਥੱਲੇ ਡਿੱਗ ਪਿਆ। ਜਦ ਢਾਬੇ ਦੇ ਮਾਲਿਕ ਨੇ ਇਹ ਦੇਖਿਆ ਤੇ ਉਹ ਹੈਰਾਨ ਹੋ ਕੇ ਸੋਚਣ ਲੱਗਾ, ਗਾਂ ਦੇ ਗਲੇ ਚੋਂ ਚਾਂਦੀ ਦਾ ਸਿੱਕਾ, ਜ਼ਰੂਰ ਇਹ ਕੋਈ ਜਾਦੂਈ ਗਾਂ ਏ। ਇਹ ਸੋਚਦੇ ਹੀ ਢਾਬੇ ਦੇ ਮਾਲਿਕ ਦੇ ਮਨ ਵਿੱਚ ਲਾਲਚ ਆ ਗਿਆ ਤੇ ਉਹਨੇ ਦਿਲਜੀਤ ਨੂੰ ਕਿਹਾ, ਕੀ ਇਹ ਗਾਂ ਤੁਹਾਡੀ ਹੈ? ਜੀ ਬਾਈ, ਇਹ ਗਾਂ ਮੇਰੀ ਹੈ। ਤੂੰ ਕਿੱਥੇ ਲਿਜਾ ਰਹੇ ਹੋ ਇਹਨੂੰ? ਮੈਂ ਇਹਨੂੰ ਬਾਜ਼ਾਰ ਵਿੱਚ ਵੇਚਣ ਜਾ ਰਿਹਾ। ਇਹ ਸੁਣਦੇ ਹੀ ਢਾਬੇ ਦਾ ਮਾਲਕ ਸੋਚਣ ਲੱਗਿਆ, ਲੱਗਦਾ ਹੈ ਇਹ ਕਿਸਾਨ ਨੂੰ ਪਤਾ ਨਹੀਂ ਕਿ ਇਹ ਇੱਕ ਜਾਦੂਈ ਗਾਂ ਹੈ, ਇਸ ਕਰਕੇ ਹੀ ਇਹ ਇਹਨੂੰ ਵੇਚ ਰਿਹਾ ਹੈ, ਕਿਉਂ ਨਾ ਮੈਂ ਹੀ ਇਹਨੂੰ ਖਰੀਦ ਲਾਂ। ਇਹ ਸੋਚ ਕੇ ਉਹਨੇ ਦਿਲਜੀਤ ਨੂੰ ਕਿਹਾ, ਨਾ ਨਾ, ਹੁਣ ਤੁਹਾਨੂੰ ਕਿਤੇ ਜਾਣ ਦੀ ਕੋਈ ਲੋੜ ਨਹੀਂ,
मैं ही इस गां नूं खरीद लूंगा। मैं तुहानू इस गां दे वंडे पूरे एक थैली चांदी दे सिक्के देऊंगा। एक थैला चांदी दे सिक्कियां दा? हां भाई। दिलजीत जानदा सी ए ओदी गां दी असल कीमत तो बहुत ज्यादा है, लेकिन फिर ओ एनू रब दी मर्जी मन के बोलिया, ठीक है पाजी, मैं थानू चांदी दे सिक्कियां दे एक बैग दे बदले अपनी गां दे सकदा। ढाबे दे मालक ने दिलजीत नू चांदी दे सिक्कियां नाल भरिया एक चोला दिता ते दिलजीत ओ चोला लेके खुशी खुशी अपने घर मुड़ आया। घर पहुंचदे ही ओ चांदी दे सिक्कियां नू गिनदा होया सोचण लगा, इन्ना चांदी दे सिक्कियां नाल मैं ता बहुत सारियां गावां खरीद सकदा ते उन्हां नू ढिड भर के खवा भी सकदा। उदों ही सुरजीत ते मनजीत दिलजीत दे घर आए। दिलजीत नू चांदी दे सिक्के गिनदा वेख उन्हां नू अपनी अखां ते यकीन नहीं होया। हैरान होके ओ पुछण लगे, ओ ए की इन्ने सारे चांदी दे सिक्के? सही दस दे किधरों चके है? तेरे कोल इन्ने चांदी दे सिक्के कित्थों आए? रब ने मेरी गां दे जरिए मैनू ए सिक्कियां दा बैग दित्ता। मैं अपनी गां नू वेचता ते ओदे बंडे मैनू इन्ने सारे चांदी दे सिक्के मिले है। हुण मैं जिन्नियां चाहवां उन्नियां ही गावां खरीद सकदा ते उन्हां नू ढिड भर के खवा भी सकदा। ए सुन के मनजीत ते सुरजीत दोवे हैरान रह गए। उन्हां नू अपने कन्नां ते विश्वास नहीं होया कि उन्हां दी योजना असफल हो चुकी है। तां बच्चियो, इस कहानी तो आपां ए सिख्या कि सानू कदे भी दूजियां नू नुकसान नहीं पहुंचाना चाहीदा ते हमेशा अपने आप नू बेहतर बनाने दी कोशिश करनी चाहीदी। जे थोनू ए वीडियो पसंद आया होवे तां लाइक शेयर कमेंट जरूर करियो ते सब तो पहला साडे वीडियोज देखने लई चैनल सबसक्राइब करो ते बैल आइकन ते क्लिक करना ना भुल्यो।